लोग आप देख घर उठ के थोड़े घर मूहरे आए हैं, ठीक है, कोई गल नहीं, फिर बैठे रहो, थानू भी इन्होंने घर जाना पेगा 6 महीने उस बाद ये भी नहीं कुंडा खोलन। नाल ही इतने सुखबीर बादल का भी सुखविला है, उत्थे रहिंदे ने ज्यादातर सुखबीर बादल, उहदी बारी आऊ छेती उन्होंने के जल्दी वो हजे खड्डा ते गया होया, उन्हूं जवाब दे, माइनिंग मूनिंग चेक कर। आम आदमी पार्टी का अब प्रदर्शन हो रहा है, प्रदर्शन तो बाद भगवंत मान की तबीयत थोड़ी खराब हुई सी वाटर कैन तो बाद। मान साहब सब तो पहला बिजली अंदोलन बहुत बड़ा अंदोलन है पंजाब के, लोगों की जरूरत है, समय किमें देखते हो जो लगातार कट लग रहे हैं, अब प्रदर्शन भी सी। असी लगातार 1.5 साल तो गलिया जा के पिंड जाके बिजली के बिल फूके, इन्हों प्रेस कॉन्फ्रेंसा करके इन्हों सरकार दसते रहे कि बिजली दे रेट घटा दो, लोग बहुत दुखी ने, घटा दो, नहीं घटाया। हुण जदों संकट आ गया, लोग सड़कां ते बाहर आ गए, हुण कहिंदे आम आदमी पार्टी भड़काउंदी है। असीं तां लोकां दे सुनेहे लै के आए हाँ कि महलां चों उठो, सानूं महलां च भी नहीं जाण दिंदे, महलां दे गेट ते भी नहीं जाण दिंदे, ते इह सरकारी अत्याचार नहीं तां होर की है। कैप्टन साहब तुसीं जी आपदे घरे बैठे हो, लोग आपदे घरां चों उठ के तुहाडे घर मूहरे आए हैं, ठीक है, कोई गल नहीं, फिर बैठे रहो, ਤੁਹਾਨੂੰ ਵੀ ਇਹਨਾਂ ਦੇ ਘਰਾਂ 'ਚ ਜਾਣਾ ਪਊਗਾ 6 ਮਹੀਨਿਆਂ ਨੂੰ, ਉਸ ਤੋਂ ਬਾਅਦ ਇਹ ਵੀ ਨਹੀਂ ਕੁੰਡਾ ਖੋਲਣਗੇ। ਮਸਲਾ ਤਾਂ ਸਭ ਤੋਂ ਵੱਡਾ ਬਿਜਲੀ ਸਮਝੌਤੇ ਜਿਹੜੇ ਹੋਏ ਸੀ ਉਹ ਵੀ ਹੈਗਾ ਨਾ, ਤੁਸੀਂ ਲੱਗਦਾ ਤੁਹਾਨੂੰ ਕਿ ਬਿਜਲੀ ਸਮਝੌਤੇ ਰੱਦ ਕਰ ਦੇਣੇ ਚਾਹੀਦੇ ਆ, ਬੜੇ ਸਾਰੇ ਮਸਲੇ ਤਾਂ ਉਹਦੇ ਨਾਲ ਹੱਲ ਹੋ ਜਾਣਗੇ ਪੰਜਾਬ? ਚੋਣ ਜਿਹੜਾ ਮੈਨੀਫੈਸਟੋ ਸੀ ਕਾਂਗਰਸ ਦਾ, ਉਹਦੇ ਵਿੱਚ ਇਹ ਵੀ ਮੁੱਦਾ ਸੀ ਕਿ ਅਸੀਂ ਇਹ ਤਿੰਨੇ ਜਿਹੜੇ ਪਾਵਰ ਐਗਰੀਮੈਂਟ ਨੇ ਇਹਨੂੰ ਰੱਦ ਕਰਾਂਗੇ, ਪਰ ਕਿਵੇਂ ਕਰ ਸਕਦੇ ਨੇ? ਉਸੇ ਅਫਸਰ ਨੇ ਤਾਂ ਸਾਈਨ ਕੀਤੇ ਸੀ 2016 'ਚ ਜਦੋਂ ਕੀਤੇ ਨੇ ਇਹ, ਉਸੇ ਅਫਸਰ ਨੇ ਸਾਈਨ ਕੀਤੇ ਸੀ, ਸੁਰੇਸ਼ ਕੁਮਾਰ ਨੇ, ਅਤੇ ਉਹੀ ਫਿਰ ਚੀਫ ਸਲਾਹਕਾਰ ਹੈ, ਅਫਸਰ ਤਾਂ ਸਾਰੇ ਉਹੀ ਚੱਲ ਰਹੇ ਨੇ, ਅਤੇ ਫਿਰ ਕੈਪਟਨ ਸਾਹਿਬ ਦੀ ਵੀ ਮਿਲੀ ਭੁਗਤ ਹੈ, ਅਤੇ ਅਕਾਲੀਆਂ ਨੇ ਮਤਲਬ ਸਮਝ ਲਓ ਵੀ ਅਕਾਲੀਆਂ ਨੇ ਇਹ ਬਿਜਲੀ ਸੰਕਟ ਦੀ ਸ਼ੁਰੂਆਤ ਕੀਤੀ, ਇਹਨਾਂ ਨੇ ਅੱਗੇ ਵਧਾਇਆ। ਤੁਸੀਂ ਕੈਪਟਨ ਸਾਹਿਬ ਦਾ ਘਰ ਤਾਂ ਘੇਰੇ ਹੋ, ਨਾਲ ਹੀ ਇੱਥੇ ਸੁਖਬੀਰ ਬਾਦਲ ਦਾ ਵੀ ਸੁਖਵੇਲਾ ਹੈਗਾ, ਉੱਥੇ ਰਹਿੰਦੇ ਨੇ ਜ਼ਿਆਦਾਤਰ ਸੁਖਬੀਰ ਬਾਦਲ, ਉਹਦੀ ਵਾਰੀ ਆਊ ਛੇਤੀ ਜਾਓਗੇ ਉਹਨਾਂ ਨੂੰ ਕਿ ਜਲਦੀ ਉਹ ਹਜੇ ਖੱਡਾਂ 'ਤੇ ਗਿਆ ਹੋਇਆ, ਉਹਨੂੰ ਜਵਾਬ ਦੇ, ਮਾਈਨਿੰਗ ਮੂਨਿੰਗ ਚੈੱਕ ਕਰਨ। ਅਸਲ ਤੁਸੀਂ ਮੰਨਦੇ ਹੋ ਕਿ ਤੁਸੀਂ ਦੋਨੇ ਪਾਰਟੀਆਂ ਜ਼ਿੰਮੇਦਾਰ ਆ, ਤੁਸੀਂ ਕੀ ਮੰਨਦੇ ਹੋ ਕਿ ਇਲੈਕਸ਼ਨ ਮੁੱਦਾ ਰਹੇਗਾ? ਪਬਲਿਕ ਨੂੰ ਪੁੱਛੋ ਜੀ, ਪਬਲਿਕ ਨੂੰ, ਬੱਚੇ ਨੂੰ ਪਤਾ, ਦੋਨੇ ਮਿਲੇ ਹੋਏ ਨੇ, ਬਾਦਲਾਂ ਦੀਆਂ ਬੱਸਾਂ ਵੱਧ ਗਈਆਂ ਇਹਨਾਂ ਦੇ ਰਾਜ 'ਚ, ਰੇਤੇ ਦਾ ਕਾਰੋਬਾਰ ਸੇਮ ਚੱਲ ਰਿਹਾ ਹੈ, ਕੇਬਲ ਮਾਫੀਆ ਸੇਮ ਚੱਲ ਰਿਹਾ ਹੈ, ਅਤੇ ਬਿਜਲੀ ਮਾਫੀਆ, ਟਰਾਂਸਪੋਰਟ ਮਾਫੀਆ, ਸਾਰੇ ਮਾਫੀਆ ਚੱਲ ਰਹੇ ਨੇ, ਫਿਰ ਕਿਹੜੀ ਚੀਜ਼ ਦਾ ਲੱਕ ਤੋੜਿਆ ਇਹਨਾਂ ਨੇ? ਇਹ ਚੁਣਾਵੀ ਮੁੱਦਾ ਰੱਖੋਗੇ ਤੁਸੀਂ, ਇਲੈਕਸ਼ਨ ਦਾ ਮੁੱਦਾ ਸਭ ਤੋਂ ਵੱਡਾ? ਮੈਂ ਕਿਹਾ ਜੀ ਬਿਜਲੀ, ਰੋਜ਼ਗਾਰ, ਅਸੀਂ ਤਾਂ ਇਸ ਤਰ੍ਹਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਸਾਡੇ ਧੀਆਂ ਪੁੱਤ ਬਾਹਰ ਜਾਈ ਜਾਂਦੇ ਆ, ਸਾਡਾ ਅਸੀਂ ਤਾਂ ਆਈਲੈਟਸ ਕਰਕੇ ਬਾਹਰ ਭੱਜ ਰਹੇ ਹਾਂ, ਪਿੱਛੇ ਮਾਪੇ ਜਾ ਰਹੇ 2 ਸਾਲ ਬਾਅਦ, ਕਿਉਂ ਅਸੀਂ ਆਪਣੀ ਧਰਤੀ ਛੱਡਣ 'ਤੇ ਮਜਬੂਰ ਹੋਈਏ ਜੇ ਇੱਥੇ ਰੋਜ਼ਗਾਰ ਮਿਲ ਜਾਵੇ? ਬਿਜਲੀ ਸਮਝੌਤੇ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਰੱਦ ਕਰੋਗੇ, ਤੁਸੀਂ ਕੀ ਕਹਿਣਾ ਤੁਹਾਡਾ? ਕੀ ਪਹਿਲੇ ਵਿਧਾਨ ਸਭਾ ਸੈਸ਼ਨ 'ਚ ਹੀ ਆਉਣਗੇ, ਸਭ ਕੁਝ ਅਸੀਂ ਤਵੀਤ ਬਣਾਈ ਬੈਠੇ ਹਾਂ, ਲੋਕ ਕਿਹੜਾ ਸਾਨੂੰ ਮੋਢਾ ਫੜਾਉਣਾ, ਅਸੀਂ ਮੋਢਿਆਂ 'ਤੇ ਬੰਨ੍ਹ ਦੇਣੇ ਆ। ਰੱਦ ਕਰੋਗੇ? ਰੱਦ ਕਰਨ ਬਿਲਕੁਲ ਰੱਦ ਕਰਕੇ, ਔਰ ਕੰਪਨੀਆਂ ਦਾ ਆਡਿਟ ਕਰਾ ਕੇ ਜਿੰਨਾ ਪੁਰਾਣਾ ਵੀ ਉਹਨਾਂ ਨੇ ਲੁੱਟਿਆ ਉਹ ਵੀ ਵਾਪਸ ਕਰਾਵਾਂਗੇ ਜਿਵੇਂ ਦਿੱਲੀ 'ਚ ਕਰਾਇਆ। ਤਾਂ ਇਹਨੇ ਭਗਵੰਤ ਮਾਨ ਜੋ ਕਿ ਕਹਿ ਰਹੇ ਨੇ ਕਿ ਜੋ ਬਿਜਲੀ ਸਮਝੌਤੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਏ ਸੀ ਉਹ ਰੱਦ ਕਰਾਂਗੇ ਜੇ ਸਾਡੀ ਸਰਕਾਰ ਆਈ, ਅਤੇ ਨਾਲ ਨਾਲ ਜਿਹੜੇ ਪਹਿਲਾਂ ਬਹੁਤ ਸਾਰਾ ਪੈਸਾ ਵਸੂਲਿਆ ਕੰਪਨੀਆਂ ਨੇ ਉਹ ਵੀ ਅਸੀਂ ਪੈਸਾ ਵਾਪਸ ਕਰਾਵਾਂਗੇ, ਅਤੇ ਨਾਲ ਹੀ ਨਾਲ ਅਕਾਲੀ ਦਲ ਦੇ ਨਾਲ ਕਾਂਗਰਸ ਨੂੰ ਘੇਰਿਆ, ਅਤੇ ਕਾਂਗਰਸ ਸਰਕਾਰ ਨੂੰ ਸਿੱਧੇ ਸਿੱਧੇ ਤੌਰ 'ਤੇ ਦੱਸਿਆ ਕਿ ਜ਼ਿੰਮੇਦਾਰ ਹੈ ਜੋ ਵੀ ਅੱਜ ਬਿਜਲੀ ਦੇ ਕੱਟ ਲੱਗ ਰਹੇ ਨੇ ਅਤੇ ਜੋ ਵੀ ਬਿਜਲੀ ਦੇ ਵਧੇ ਹੋਏ ਰੇਟ ਨੇ। ਕੈਮਰਾਮੈਨ ਦੀਪਕ ਦੇ ਨਾਲ ਅਰਵਿੰਦਰ ਸਿੰਘ ਦਾਨੀ ਸੂਰਾ ਟੀਵੀ ਮੋਹਾਲੀ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।